ちょっとちょっとちょっ ਇਵਰੀਵਨ ਕੀ ਹਾਲ ਚਾਲ ਹੈ ਜੀ ਤੁਹਾਡਾ ਸਭ ਦਾ ਆਈ ਹੋਪ ਤੁਸੀਂ ਸਭ ਵਧੀਆ ਹੋਵੋ ਹੋਗੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹ ਤੁਸੀਂ ਸਮਝ ਸਕਦੇ ਹੋ ਕਿ ਸ਼ਾਮ ਦੀ ਵੀ ਆ ਜਾਂ ਰਾਤ ਦੀ ਵੀ ਆ ਕਿਉਂਕਿ ਇਸ ਸਮੇਂ ਜਿਹੜਾ ਟਾਈਮ ਹੈ ਇਹ 5:00 ਵਜੇ ਦਾ ਆ ਤੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਸ਼ਾਮ ਨੂੰ 7 ਵਜੇ ਤੋਂ ਅਗਲੇ ਦਿਨ 5 ਵਜੇ ਤੱਕ ਮਾਰਨਿੰਗ ਤੱਕ ਲੌਕਡਾਊਨ ਲੱਗਾ ਹੋਇਆ ਆ ਮਤਲਬ ਕਿ ਰੋਜ਼ ਰਾਤ 7 ਤੋਂ ਅਗਲੇ ਦਿਨ ਸਵੇਰ 5 ਵਜੇ ਤੱਕ ਲੌਕਡਾਊਨ ਅਤੇ ਸੈਟਰਡੇ ਸੰਡੇ ਆਫ ਹੁੰਦਾ ਆ ਸੋ ਜਿਹੜਾ ਕੰਮ ਆ ਮੈਨੂੰ ਮੇਰੇ ਹਸਬੰਡ ਦੇ ਘਰ ਆਉਣ ਤੋਂ ਪਹਿਲਾਂ ਹੀ ਕਰਨਾ ਪੈਂਦਾ ਕਿਉਂਕਿ ਉਹ 6:30 ਵਜੇ ਘਰ ਆ ਜਾਂਦੇ ਆ ਤੇ ਇਹ ਜਿਹੜਾ ਹੁਣ ਸ਼ਾਮ ਦਾ ਜਿਹੜਾ ਚਾਹ ਪਾਣੀ ਪੀਤਾ ਸੀ ਉਹਦੇ ਭਾਂਡੇ ਨੇ ਤੇ ਉਹ ਵੀ ਜੇ ਆਫਿਸ ਜਦੋਂ ਲੰਚ ਕਰਕੇ ਗਏ ਸੀ ਤੇ ਉਸ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕੀਤਾ ਸੀਗਾ ਮੈਂ ਥੋੜੀ ਦੇ ਰੈਸਟ ਕਰਨ ਲੱਪੀ ਸੀ ਸੋ ਭਾਂਡੇ ਮੰਜਣ ਵਾਲੇ ਪਏ ਸੀ ਹੁਣ ਮੈਂ ਭਾਂਡੇ ਮਾਂਜ ਲੈਣੇ ਆ ਤੇ ਨਾਲ ਹੀ ਸ਼ਾਮ ਹੁਣ ਉਹਨਾਂ ਨੇ ਆ ਕੇ ਚਾਹ ਪਾਣੀ ਪੀਣੀ ਆ ਤੇ ਉਹਦੀ ਤਿਆਰੀ ਕਰਨੀ ਆ ਤੇ ਅੱਜ ਜਿਹੜੀ ਆ ਜੀ ਕੀਆ ਪਈ ਆ ਤੇ ਕੀਆ ਦੀ ਸਬਜੀ ਸਾਡੇ ਘਰ ਕੋਈ ਵੀ ਨਹੀਂ ਖਾਂਦਾ ਨਾ ਹੀ ਮੈਂ ਖਾਉਣੀ ਆ ਤੇ ਨਾ ਹੀ ਮੇਰੇ ਹਸਬੰਡ ਖਾਂਦੇ ਨੇ ਸੋ ਮੈਂ ਕੀ ਕਰਨਾ ਆ ਸਾਡੇ ਕੋਲ ਦੋ ਕੀਆ ਆ ਤੇ ਅਸੀਂ ਮਿੱਠਾ ਵੀ ਜ਼ਿਆਦਾ ਨਹੀਂ ਖਾਂਦੇ ਹੈਗੇ ਇਸ ਲਈ ਜਿਹੜੀ ਛੋਟੀ ਵਾਲੀ ਕੀਆ ਆ ਇਹਦੀ ਮੈਂ ਬਣਾ ਲੈਣੀ ਆ ਖੀਰ ਤੇ ਜਿਹੜੀ ਵੱਡੀ ਵਾਲੀ ਹੈ ਇਹਦੇ ਮੈਂ ਬਣਾ ਲੈਣੇ ਆ ਕੋफ्ते ਮੈਨੂੰ ਲੱਗਦਾ ਕਿ ਉਹ ਕੋफ्ते ਇਸੇ ਤਰ੍ਹਾਂ ਪਕੌੜਿਆਂ ਦੀ ਤਰ੍ਹਾਂ ਖਾਣਗੇ ਬਾਕੀ ਜੇ ਉਹ ਕਹਿਣਗੇ ਕਿ ਸਬਜ਼ੀ ਬਣਾ ਲਓ ਤਾਂ ਫੇ ਬਣਾ ਲਵਾਂਗੇ ਇਹ ਕੋਫਤਿਆਂ ਦੀ ਸਬਜ਼ੀ ਆ ਉਹ ਤਾਂ ਮਾੜੀ ਮੋਟੀ ਖਾਈ ਲਈਦੀ ਆ ਪਰ ਜੇ ਕਹੋ ਕਿ ਇਸ ਤਰ੍ਹਾਂ ਕੱਟ ਕੇ ਕੀਆ ਨੂੰ ਤੜਕਾ ਲਗਾ ਕੇ ਜਿੱਦਾਂ ਕੀ ਆਮ ਸਾਰੇ ਖਾਂਦੇ ਨੇ ਜਾਂ ਸਾਡੇ ਘਰ ਵਿੱਚ ਖਾਧੀ ਜਾਂਦੀ ਆ ਮਤਲਬ ਕਿ ਸਾਡੇ ਮੰਮੀ ਹੁਣੀ ਖਾਂਦੇ ਨੇ ਉਸ ਤਰ੍ਹਾਂ ਸਾਡੇ ਨਹੀਂ ਖਾਧੀ ਜਾਂਦੀ ਅਸੀਂ ਦੋਈ ਤਾਂ ਜਾਣੇ ਆ ਘਰ ਦੇ ਵਿੱਚ ਸਾਨੂੰ ਪਸੰਦ ਨਹੀਂ ਹੈਗੀ ਫੇਸ ਕਰਕੇ ਮੈਂ ਬਣਾਉਂਦੀ ਵੀ ਨਹੀਂ ਹੈਗੀ ਸੋ ਇਹ ਲਿਆਂਦੀ ਪਈ ਸੀਗੀ ਤੇ ਇਹਨੂੰ ਹੁਣ ਮੈਂ ਬਣਾਉਣਾ ਹੈ ਇਹਨੂੰ ਛਿੱਲ ਲੈਣਾ ਹੈ ਤੇ ਛਿੱਲ ਕੇ ਜਿਹੜੀ ਆ ਕਦੂਕਾਸ ਕਰ ਲਵਾਂਗੇ ਤੇ ਅੱਜ ਤੁਹਾਨੂੰ ਰੈਸਪੀ ਦਿਖਾਉਣੀ ਆ ਕੀ ਕੀ ਦੀ ਖੀਰ ਵੀ ਕਿਸ ਤਰ੍ਹਾਂ ਬਣਦੀ ਹੈ ਉਹ ਬਹੁਤ ਟੇਸਟੀ ਬਣਦੀ ਹੈ ਤੁਸੀਂ ਵੀ ਘਰ ਟਰਾਈ ਕਰਕੇ ਜਰੂਰ ਦੇਖਿਓ ਤੇ ਪਹਿਲਾਂ ਮੈਂ ਹੁਣ ਦੋਨਾਂ ਕੀਆਂ ਨੂੰ ਛਿੱਲ ਲੈਣਾ ਆ ਜਿਹੜੀ ਵੱਡੀ ਵਾਲੀ ਕੀ ਹੈ ਇਹਦੇ ਜਿਹੜੇ ਮੈਨੂੰ ਬਾਅਦ ਵਿੱਚ ਪਤਾ ਚੱਲਿਆ ਸੀ ਕੱਟਣ ਤੇ ਕੀ ਇਹਦੇ ਬੀਜ ਜਿਹੜੇ ਆ ਥੋੜੇ ਮੋਟੇ-ਮੋਟੇ ਸੀਗੇ ਸੋ ਮੈਂ ਦੋਨਾਂ ਕੀਆਂ ਨੂੰ ਫੇਕ ਕੀ ਕੀਤਾ ਸੀ ਅਲੱਗ-ਅਲੱਗ ਕਰਕੇ ਹੀ ਕੱਦੂਕਾਸ ਕੀਤਾ ਸੀ ਛੋਟੀ ਵਾਲੀ ਨੂੰ ਅਲੱਗ ਤੇ ਵੱਡੀ ਵਾਲੀ ਨੂੰ ਅਲੱਗ ਨਹੀਂ ਤਾਂ ਮੈਂ ਕੀ ਕਰਨਾ ਸੀ ਇਕੱਠੀਆਂ ਨੂੰ ਕੱਦੂਕਾਸ ਕਰ ਲੈਣਾ ਸੀ ਤੇ ਉਸ ਤੋਂ ਬਾਅਦ ਜਿੰਨੀ ਕਿ ਨੂੰ ਜ਼ਰੂਰਤ ਹੋਣੀ ਸੀ ਖੀਰ ਲਈ ਉਨੀ ਮੈਂ ਖੀਰ ਲਈ ਅਲੱਗ ਕੱਢ ਲੈਣੀ ਸੀ ਤੇ ਕੋਫਤੇਆਂ ਲਈ ਅਲੱਗ ਕਰ ਲੈਣੀ ਸੀ ਤੁਹਾਨੂੰ ਇੱਥੇ ਅੱਗੇ ਦੇਖੀ ਜਾਣਾ ਕਿ ਮੈਂ ਜਦੋਂ ਕੀ ਆ ਵਿੱਚੋਂ ਦੀ ਕੱਟੀ ਤਾਂ ਜਿਹੜੇ ਉਹਦੇ ਬੀ ਸੀਗੇ ਉਹ ਮੋٹے ਸੀਗੇ ਸੋ ਇਸ ਕਰਕੇ ਮੈਂ ਦੋਨਾਂ ਨੂੰ ਅਲੱਗ ਹੀ ਕੀਤਾ ਸੀ ਕੱਦੂ ਕਸ ਦੇ ਨਾਲ ਹੀ ਮੈਂ ਤੁਹਾਨੂੰ ਅੱਜ ਇੱਕ ਬਹੁਤ ਹੀ ਜ਼ਿਆਦਾ ਵਧੀਆ ਟ੍ਰਿਕ ਦੱਸਣੀ ਹੈ ਮਤਲਬ ਕਿ ਜਿਹੜੇ ਕੋਫਤੇ ਆ ਸੀ ਫਰਾਈ ਕਰੀਦੇ ਆ ਤੇ ਪਰ ਮੈਂ ਕਰਦੀ ਆ ਮੈਂ ਬਹੁਤ ਅਲੱਗ ਤਰ੍ਹਾਂ ਨਾਲ ਫਰਾਈ ਕਰਦੀ ਆ ਮੈਂ ਤੁਹਾਨੂੰ ਅੱਜ ਦਿਖਾਉਣੀ ਆ ਕਿ ਮੈਂ ਕਿਸ ਤਰ੍ਹਾਂ ਕਰਦੀ ਆ ਹੋ ਸਕਦਾ ਹੈ ਕਿ ਹੋਰ ਵੀ ਕਈ ਜਾਣੇ ਮੇਰੇ ਤਰ੍ਹਾਂ ਹੀ ਕਰਦੇ ਹੋਣ ਪਰ ਚਲੋ ਅੱਜ ਦੇਖਦੇ ਆ ਦੇਖੋ ਮੈਂ ਇੱਥੇ ਕੱਟ ਕੀਤੀ ਤਾਂ ਇੱਥੇ ਮੈਨੂੰ ਪਤਾ ਚੱਲ ਗਿਆ ਸੀ ਕਿ ਇੱਕ ਦੇ ਵਿੱਚ ਜਿਹੜੇ ਬੀਜ ਨੇ ਉਹ ਮੋਟੇ ਨੇ ਤੇ ਮੈਂ ਹੁਣ ਇਹਨਾਂ ਨੂੰ ਧੋ ਲੈਣਾ ਹੈ ਤੇ ਧੋ ਕੇ ਫਿਰ ਮੈਂ ਇਹਨਾਂ ਨੂੰ ਕੱਦੂਕਸ ਕਰੂੰਗੀ ਤੇ ਨਾਲ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਵੀਡੀਓ ਜਿਹੜੀ ਆ ਕਿਸ ਤਰ੍ਹਾਂ ਦੀ ਲੱਗਦੀ ਆ ਤੇ ਜੇ ਤੁਹਾਨੂੰ ਵੀਡੀਓ ਹੋਰ ਜ਼ਿਆਦਾ ਵੀ ਵਧੀਆ ਲੱਗਦੀ ਆ ਤਾਂ ਤੁਸੀਂ ਆਪਣੇ ਫੈਮਲੀਆਂ ਤੇ ਫਰੈਂਡ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਟਿਪਸ ਐਂਡ ਟ੍ਰਿਕਸ ਹੋਰ ਵੀ ਦੇਖਣਾ ਚਾਹੁੰਦੇ ਹੋ ਤੇ ਇੱਥੇ ਦੇਖੋ ਮੈਂ ਕੀ ਹੈ ਜਿਹੜੀ ਵਾਸ਼ ਕਰ ਲਈ ਸੀ ਹੁਣ ਵਾਸ਼ ਕਰਕੇ ਜਿਹੜੀ ਹੈ ਕੀ ਆ ਮੈਂ ਸਾਈਡ ਤੇ ਕੱਢਣ ਲੱਗੀ ਸੀ ਪਹਿਲਾਂ ਪਰ ਫੇਰ ਮੈਂ ਸੋਚਿਆ ਕਿ ਉਹ ਵਾਲੇ ਭਾਂਡੇ ਚ ਮੈਂ ਕੀਆ ਨੂੰ ਕद्दूकस ਕਰ ਲੂੰਗੀ ਸੋ ਮੈਂ ਫੇਰ ਡੋਂਗੇ ਵਿੱਚੋਂ ਕੀਆ ਨਹੀਂ ਕੱਢੀ ਪਾਣੀ ਸਿੱਧਾ ਸਿੱਟ ਦਿੱਤਾ ਸੀ ਤੇ ਕੀਆ ਕद्दूकस ਕਰਨ ਦੀ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਜੀ ਕਿਉਂਕਿ ਜੇ ਉਹ ਵੀਡੀਓ ਸ਼ੂਟ ਕਰਦੀ ਤਾਂ ਵੀਡੀਓ ਜਿਹੜੀ ਆ ਕਾਫੀ ਲੰਬੀ ਹੋ ਜਾਣੀ ਸੀ ਕਿਉਂਕਿ ਰੈਸিপি ਵੀ ਸ਼ੇਅਰ ਕਰਨੀ ਆ ਤੇ ਕद्दूकस ਕਰਨਾ ਤਾਂ ਸਿੰਪਲ ਆਮ ਹੀ ਹੁੰਦਾ ਹੈ ਸਾਰਿਆਂ ਨੂੰ ਆਉਂਦਾ ਹੀ ਹੁੰਦਾ ਉਹਦੇ ਵਿੱਚ ਦਿਖਾਉਣ ਵਾਲੀ ਤਾਂ ਕੋਈ ਗੱਲ ਸੀਗੀ ਨਹੀਂ ਸੋ ਇਥੇ ਮੈਂ ਕੀਆ ਨੂੰ ਜਿਹੜਾ ਨਿਚੋੜ ਲਿਆ ਸੀ ਪਹਿਲਾਂ ਕੱਦੂਕਸ ਕਰਨ ਤੋਂ ਬਾਅਦ ਤੇ ਇਹਦੇ ਵਿੱਚ ਜਿਹੜਾ ਮੈਂ ਥੋੜਾ ਪਾਣੀ ਪਾ ਦਿੱਤਾ ਸੀ ਸਿੰਪਲ ਪਾਣੀ ਉਹ ਪਾਣੀ ਪਾ ਕੇ ਬਸ ਪਾਣੀ ਨੂੰ ਜਿਹੜਾ ਐ ਅਸੀਂ ਹਲਕਾ ਜਿਹਾ ਬੋਇਲ ਕਰਨਾ ਹੈ ਮਤਲਬ ਬਿਲਕੁਲ ਕੋਸਾ ਜਿਹਾ ਕਰਨਾ ਹੈ ਨਾ ਗਰਮ ਵੀ ਨਹੀਂ ਕਰਨਾ ਹੈਗਾ ਨਹੀਂ ਤਾਂ ਫੇਕ ਹੀ ਆ ਦੇ ਜਿਹੜੇ ਆ ਸਾਰੇ ਪੋਸ਼ਕ ਤੱਤ ਨਿਕਲ ਜੂਗੇ ਤੇ ਇਥੇ ਪਾਣੀ ਨੂੰ ਥੋੜਾ ਜਿਹਾ ਕੋਸਾ ਕਰ ਲੈਣਾ ਹੈ ਤੇ ਉਹ ਤੋਂ ਬਾਅਦ ਜਿਹੜਾ ਆ ਅਸੀਂ ਫੇਰ ਪਾਣੀ ਨੂੰ ਕੋਸਾ ਕਰਨ ਤੋਂ ਬਾਅਦ ਵੇਖੋ ਮੈਂ ਇੱਥੇ ਗੈਸ ਬੰਦ ਕਰ ਦਿੱਤੀ ਸੀ ਤੇ ਹੁਣ ਪਾਣੀ ਜਿਹੜਾ ਹੈ ਕੋਸੇ ਦਾ ਥੋੜਾ ਜਿਆਦਾ ਗਰਮ ਹੋ ਗਿਆ ਸੀਗਾ ਤੇ ਇਥੇ ਇਹ ਵਾਲੇ ਪਾਣੀ ਨੂੰ ਅਸੀਂ ਘੁੱਟ ਕੇ ਨਿਚੋੜ ਕੇ ਕੱਢ ਦੇਣਾ ਆ ਇਹ ਪਾਣੀ ਨੂੰ ਕੱਢਣ ਦੀ ਵਜ੍ਹਾ ਵੀ ਹੁਣ ਤੁਹਾਨੂੰ ਮੈਂ ਦੱਸਦੀ ਆ ਕਿਉਂਕਿ ਕੀਆ ਦੇ ਵਿੱਚੋਂ ਇੱਕ ਥੋੜੀ ਅਲੱਗ ਜੀ ਜਿਹੜੀ ਉਹ 스멜 ਆਂਦੀ ਹੁੰਦੀ ਆ ਮਤਲਬ ਕਿ ਤੁਸੀਂ ਕਹਿ ਲੋ ਕਿ ਟੇਸਟ ਅਲੱਗ ਜਿਹਾ ਆਂਦਾ ਹੁੰਦਾ ਆ ਕਿ ਜਦੋਂ ਅਸੀਂ ਸਬਜ਼ੀ ਬਣਾਉਂਦੇ ਆ ਉਹਦਾ ਹਲਦੀ ਵਗੈਰਾ ਪਾ ਕੇ ਤਾਂ ਉਹ ਜਿਹੜੀ 스멜 ਆ ਜਾਂ ਟੇਸਟ ਆ ਉਹ ਮਰ ਜਾਂਦਾ ਆ ਵਾਰ ਜਦੋਂ ਅਸੀਂ ਖੀਰ ਬਣਾਉਂਦੇ ਆ ਤੇ ਖੀਰ ਦੇ ਵਿੱਚ ਉਹ 스멜 ਜਿਹੜੀ ਨਹੀਂ ਜਾਂਦੀ ਆ ਸੋ ਉਹ 스멜 ਜਿਹੜੀ ਕੱਢਣ ਦੇ ਲਈ ਅਸੀਂ ਇਸ ਤਰ੍ਹਾਂ ਇਹਨੂੰ ਗੁੰਗੁਨੇ ਪਾਣੀ ਦੇ ਵਿੱਚ ਧੋ ਲਿਆ ਆ ਉਹਦੇ ਨਾਲ ਕੀ ਆ ਹੁਣ 스멜 ਨਹੀਂ ਆਊਗੀ ਜੇ ਤੁਸੀਂ ਇਹਦਾ ਪਾਣੀ ਨਹੀਂ ਕੱਢਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਘੇ ਪਾ ਕੇ ਵੀ ਇਹਨੂੰ ਭੁੰਨ ਸਕਦੇ ਹੋ ਉਹਦੇ ਨਾਲ ਵੀ ਜਿਹੜੀ ਆ 스멜 ਕਾਫੀ ਹੱਦ ਤੱਕ ਚਲੇ ਜਾਂਦੀ ਆ ਤੇ ਘੇ ਚ ਭੁੰਨਣ ਦੇ ਨਾਲ ਇਹ ਚ ਇੱਕ ਵਧੀਆ ਜੀ ਫ੍ਰੈਗਰੈਂਸ ਆਜੂਗੀ ਘੇ ਦੀ ਪਰ ਮੈਂ ਉਸ ਤਰ੍ਹਾਂ ਨਹੀਂ ਕੀਤਾ ਮੈਂ ਇਹਨੂੰ ਬਹੁਤ ਹੀ ਲਾਈਟ ਬਣਾ ਰਹੀ ਆ ਤੇ ਇੱਥੇ ਦੇਖੋ ਮੈਂ ਕੀ ਆ ਦੋ ਪਾਣੀ ਕੱਢਣ ਤੋਂ ਬਾਅਦ ਇਹਦੇ ਵਿੱਚ ਦੁੱਧ ਪਾ ਦਿੱਤਾ ਆ ਤੇ ਤੋਂਦ ਜੇ ਮੈਂ ਥੋੜਾ ਜਿਹਾ ਪਾਣੀ ਵੀ ਪਾ ਦਿੱਤਾ ਆ ਕਿਉਂਕਿ ਦੁੱਧ ਜਿਹੜਾ ਥੋੜਾ ਰਿਜਣਾ ਆ ਤੇ ਰਿਜਣ ਤੋਂ ਬਾਅਦ ਕਾਫੀ ਗਾੜ੍ਹੀ ਹੋ ਜਾਣੀ ਆ ਇਹ ਖੀਰ ਤੇ ਪਾਣੀ ਜਿਹੜਾ ਆ ਉੜੀ ਜਾਣਾ ਆ ਤੇ ਹੁਣ ਅਸੀਂ ਇਹਨੂੰ ਫੁੱਲ ਗੈਸ ਦੇ ਵਿੱਚ ਇੱਦਾਂ ਹੀ ਰੱਖ ਦੇਣਾ ਇਹਦੇ ਵਿੱਚ ਕੁਝ ਵੀ ਫालतू ਨਹੀਂ ਪਾਉਣਾ ਹੁੰਦਾ ਅਸੀਂ ਬਸ ਕੀ ਆ ਪਾ ਦਿੱਤੀ ਆ ਦੋ ਪਾਦ ਤਿਆ ਦੋ ਤੋਂ ਬਾਅਦ ਮਿੱਠਾ ਪਾ ਦੇਣਾ ਮਿੱਠਾ ਤੁਸੀਂ ਜਿੰਨਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਪਾ ਸਕਦੇ ਹੋ ਘਾਟ ਜਾਂ ਵੱਧ ਜਿਸ ਤਰ੍ਹਾਂ ਦਾ ਵੀ ਪਸੰਦ ਕਰਦੇ ਹੋ ਤੇ ਇਹਦੇ ਵਿੱਚ ਡਰਾਈ ਫਰੂਟ ਵੀ ਤੁਸੀਂ ਜਿਹੜਾ ਚਾਹੋ ਉਹ ਪਾ ਸਕਦੇ ਆ ਮੈਂ ਇੱਥੇ ਸਿਰਫ ਨਾਰੀਅਲ ਦਾ ਜਿਹੜਾ ਬੁਰਾਦਾ ਉਹੀ ਪਾਉਣਾ ਹੈ ਕਿਉਂਕਿ ਸਾਨੂੰ ਉਹੀ ਖਾਨ ਦੇ ਵਿੱਚ ਵਧੀਆ ਲੱਗਦਾ ਜਦੋਂ ਅਸੀਂ ਨਾਰੀਅਲ ਦੇ ਬੁਰਾਦੇ ਵੜੀਏ ਖੀਰ ਬਣਾਉਨੇ ਆ ਕੀ ਆਦੀ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਨਾਰੀਅਲ ਦੇ ਲੱਡੂ ਹੋਣ ਮਤਲਬ ਕਿ ਖੀਆ ਵਾਲੇ ਨਾਰੀਅਲ ਦੇ ਲੱਡੂ ਉਹਦੀ ਵੀ ਰੈਸਪੀ ਜਲਦੀ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਤੇ ਇਥੇ ਨਾਰੀਅਲ ਦਾ ਬੁਰਾਦਾ ਥੋੜਾ ਜਿਹਾ ਮੈਂ ਪਾ ਦੂੰਗੀ। ਬਸ ਖੀਆ, ਦੁੱਧ, ਮਿੱਠਾ ਤੇ ਨਾਰੀਅਲ ਦਾ ਬੁਰਾਦਾ ਪਾ ਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਨੂੰ ਪਾ ਕੇ ਮਿਕਸ ਕਰ ਦੇਣਾ ਹੈ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਰੱਖ ਦੇਣਾ ਹੈ ਰਿੱਜਣ ਦੇ ਲਈ। ਇੱਕ ਉਬਾਲਾ ਦੇ ਦਾਂਗੇ, ਇੱਕ ਉਬਾਲਾ ਦੇਣ ਤੋਂ ਬਾਅਦ ਇਹਨੂੰ ਸਲੋ ਫਲੇਮ ਤੇ ਅਸੀਂ ਰੱਖ ਦੇਣਾ। ਹੌਲੀ-ਹੌਲੀ ਰਿੱਜੀ ਜਾਊਗੀ। ਤੇ ਰਿਜਨ ਦੇ ਨਾਲ ਜਿਹੜਾ ਇਹ ਵਧੀਆ ਇਹਦੇ ਵਿੱਚ ਇੱਕ ਗਾੜਾ ਟੈਕਸਚਰ ਆ ਜਾਊਗਾ। ਇੰਨਾ ਟਾਈਮ ਕਿ ਆ ਨੂੰ ਦੀ ਮਤਲਬ ਕੀ ਆ ਦੀ ਖੀਰ ਨੂੰ ਵਾਲਾ ਆਉਂਦਾ ਆ। ਤਦ ਤੱਕ ਅਸੀਂ ਕੋਫਤੇ ਬਣਾਉਣ ਦੀ ਤਿਆਰੀ ਕਰ ਲੈਣੇ ਆ। ਇੱਥੇ ਦੇਖੋ ਮੈਂ ਕੀ ਆ ਦੇ ਵਿੱਚੋਂ ਪਾਣੀ ਜਿਹੜਾ ਉਹ ਨਹੀਂ ਨਚੋੜਿਆ ਹੈਗਾ ਕਿਉਂਕਿ ਜਿਹੜਾ ਕੀ ਇਹਦੇ ਵਿੱਚ ਪਾਣੀ ਹੋਊਗਾ ਉਹਦੇ ਵਿੱਚ ਹੀ ਅਸੀਂ ਬੇਸਣ ਘੋਲ ਲਵਾਂਗੇ ਤੇ ਸਾਨੂੰ ਜਿਹੜਾ ਹੋਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪਊਗੀ। ਤੇ ਜੇ ਤੁਸੀਂ ਜੱਕਦਾਂ ਮੀ ਕੋਫਤੇ ਬਣਾ ਲੈਣੇ ਆ ਮਤਲਬ ਕਿ ਉਸੇ ਟਾਈਮ ਬੇਸਨ ਕੋਲ ਕੇ ਉਸੇ ਟਾਈਮ ਕੋਫਤੇ ਬਣਾ ਲੈਣੇ ਆ ਤਾਂ ਤੁਸੀਂ ਇੱਥੇ ਨਾਲ ਹੀ ਨਮਕ ਪਾ ਦਿਓ ਤੇ ਜੇ ਤੁਸੀਂ ਥੋੜਾ ਟਾਈਮ ਰੁਕ ਕੇ ਬਣਾਉਣੇ ਆ ਮਤਲਬ ਕਿ ਤੁਸੀਂ ਚਾਹੁੰਦੇ ਆ ਕਿ ਬੇਸਨ ਥੋੜਾ ਫੁੱਲ ਜਵੇ ਤੇ ਕੋਫਤੇ ਜਿਹੜੇ ਥੋੜੇ ਸੌਫਟ ਬਣਨ ਤਾਂ ਤੁਸੀਂ ਨਮਕ ਜਿਹੜਾ ਆ ਉਹ ਜਦੋਂ ਕੋਫਤੇ ਬਣਾਉਣ ਲੱਗੋਗੇ ਉਸ ਲੋ ਪਾਓ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਰੱਖ ਦਿਓ ਬਸ ਇਹਦੇ ਵਿੱਚ ਨਮਕ ਨਾ ਪਾਓ ਨਮਕ ਐਂਡ ਦੇ ਵਿੱਚ ਪਾਓ ਮੈਂ ਕਿਉਂਕਿ ਇਥੇ ਕੋफ्ते ਜਿਹੜੇ ਆ ਹੁਣੇ ਕੋਲ ਕੇ ਹੁਣੇ ਬਣਾ ਲੈਣੇ ਆ ਤੇ ਮੈਂ ਜਿਹੜੇ ਕੋफ्ते ਆ ਉਹ ਕਰਾਰੇ ਵਾਲੇ ਬਣਾਉਣੇ ਆ ਮਤਲਬ ਸੌਫਟ ਵਾਲੇ ਸਾਨੂੰ ਨਹੀਂ ਪਸੰਦ ਆਗੇ ਤੇ ਇਸ ਲਈ ਮੈਂ ਸਬਜੀ ਲਈ ਵੀ ਨਹੀਂ ਬਣਾਉਣ ਲੱਗੀ ਹੈਗੀ ਮੈਂ ਸਿਰਫ ਜਸਟ ਪਕੌੜਿਆਂ ਦੇ ਤੌਰ ਤੇ ਬਣਾਉਣ ਲੱਗੀ ਆ ਇਸ ਲਈ ਮੈਂ ਹੁਣੇ ਨਮਕ ਪਾ ਕੇ ਇਹਨਾਂ ਨੂੰ ਹੁਣੇ ਤਲ ਲੈਣਾ ਆ ਤੇ ਮੈਂ ਇਹਦੇ ਵਿੱਚ ਸਾਰਾ ਸਮਾਨ ਪਾ ਦਿੱਤਾ ਆ ਸਮਾਨ ਤੁਸੀਂ ਲੂਣ ਮਸਾਲਾ ਮਿਰਚ ਆਪਣੇ ਅਕੋਰਡਿੰਗ ਪਾਉਣਾ ਆ ਤੇ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਆ ਪਾਣੀ ਦੀ ਇਹਦੇ ਵਿੱਚ ਲੋੜ ਨਹੀਂ ਪੈਣੀ ਕਿਉਂਕਿ ਆ ਦੇ ਵਿੱਚ ਆਪਣੇ ਆਪ ਹੀ ਬਹੁਤ ਪਾਣੀ ਹੁੰਦਾ ਆ ਤੇ ਬੇਸਣ ਵੀ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਕਿ ਤੁਸੀਂ ਜਿਹੜਾ ਆ ਇਹ ਵਾਲਾ ਕੋਲ ਆ ਸਖਤ ਬਣਾਉਣਾ ਆ ਜਾਂ ਮੁੱਲ ਪਤਲਾ ਬਣਾਉਣਾ ਆ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਦੇਖੋ ਜਿਹੜਾ ਮੈਂ ਬੇਸਣ ਪਾਇਆ ਮੇਰੇ ਲਈ ਇੰਨਾ ਹੀ ਨਾਫਿਆ ਹੋਰ ਮੈਨੂੰ ਬੇਸਣ ਪਾਉਣ ਦੀ ਲੋੜ ਨਹੀਂ ਪੈਣੀ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਮਿਲਾ ਕੇ ਤੇ ਹੁਣ ਕੋਫਤਿਆਂ ਨੂੰ ਫਰਾਈ ਕਰਨ ਦੀ ਤਿਆਰੀ ਕਰਾਂਗੇ ਦਿਆਂ ਦਾ ਘੋਲ ਬਣ ਗਿਆ ਹੈ ਤੇ ਹੁਣ ਮੈਂ ਕੀ करूंगी ਜਿਹੜੀ ਖੀਰ ਹੈ ਇਹਨੂੰ ਇੰਡੈਕਸ਼ਨ ਤੇ ਸ਼ਿਫਟ ਕਰ ਦੂੰਗੀ ਤੇ ਇੱਥੇ ਜਿਹੜੀ ਆ ਸਲੋ ਜਿਹੜੀ ਆ ਮਤਲਬ ਹੀਟ ਆ ਉਹ ਚਲਾ ਦੂੰਗੀ ਮਤਲਬ ਐਂਡ ਵਾਲੀ ਹੀਟ ਆ ਤਾਂ ਸਾਰਿਆਂ ਦੇ ਇੰਡੈਕਸ਼ਨ ਦਾ ਅਲੱਗ-ਅਲੱਗ ਹੁੰਦਾ ਆ ਸਿਸਟਮ ਉਸ ਹਿਸਾਬ ਨਾਲ ਮੈਂ ਚਲਾ ਦਿੱਤਾ ਹੈ ਆਪਣੇ ਹੀ ਹਿਸਾਬ ਨਾਲ ਤੇ ਜਿਹੜਾ ਐਕਸਟਰਾ ਸਮਾਨ ਪਿਆ ਹੈ ਆ ਹੁਣ ਸ਼ੈਲਫ ਤੇ ਮੈਂ ਉਹ ਵੀ ਚੱਕ ਦੂੰਗੀ ਇਥੇ ਦੇਖੋ ਮੈਂ ਤਾਂ ਨੂੰ ਕੀ ਦਿਖਾ ਰਹੀ ਆ ਕਿ ਉਬਾਲ ਆਉਣ ਤੋਂ ਬਾਅਦ ਇਹ ਰੇਜੇ ਪੈ ਚੁੱਕੀ ਆ ਤੇ ਰੇਜ ਰੇਜ ਕੇ ਆਪਣੇ ਆਪ ਜਿਹੜੀ ਆ ਉਹ ਗਾੜੀ ਹੋ ਜੂਗੀ ਇਹਨੂੰ ਅਸੀਂ ਵਿਚ ਵਿਚ ਹਿਲਾਉਂਦੇ ਰਹਿਣਾ ਆ ਜਿਆਦਾ ਟਾਈਮ ਇਹਦੇ ਕੋਲ ਖੜੇ ਹੋ ਕੇ ਸਾਨੂੰ ਇਹਨੂੰ ਹਿਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਥੇ ਮੈਂ ਇਹਨੂੰ 300 ਤੇ ਰੱਖਿਆ ਆ ਬਸ ਇਹਦੇ ਵਿੱਚ ਮਤਲਬ ਇੱਕ ਜਸਟ ਉਬਾਲਾ ਜਿਹਾ ਆਉਣਾ ਆ ਤੇ ਤੁਸੀਂ ਸਾਰਿਆਂ ਨੇ ਇੱਕ ਚੀਜ਼ ਹੋਰ ਨੋਟਿਸ ਕੀਤੀ ਹੋਣੀ ਹੈ ਜਦੋਂ ਵੀ ਅਸੀਂ ਖੀਰ ਜਾਂ ਇਸ ਤਰ੍ਹਾਂ ਦੁੱਧ ਨੂੰ ਜਦੋਂ ਰੇਜੇ ਪਾਉਨੇ ਆ ਤੇ ਜਿੱਦ ਜਿੱਦਾਂ ਉਬਾਲਾ ਆਉਂਦਾ ਰਹਿੰਦਾ ਆ ਤੇ ਜਿਹੜਾ ਸਾਡਾ ਪੈਨ ਹੁੰਦਾ ਜਾਂ ਕੜਾਈ ਹੁੰਦਾ ਉਹਦੀਆਂ ਕੰਨਾਂ ਤਾਂ ਤੇ ਜਿਹੜਾ ਆ ਮਤਲਬ ਕਿ ਉਹਦੇ ਸਾਈਡਾਂ ਤੇ ਦੁੱਧ ਚਿਪਕਨ ਲੱਗ ਪੈਂਦਾ ਆ ਉਹ ਵਾਲੇ ਅਸੀਂ ਦੁੱਧ ਜਿਹੜਾ ਹੁੰਦਾ ਉਹ ਮਲਾਈ ਜੇ ਨੂੰ ਅਸੀਂ ਨਾਲ-ਨਾਲ ਖੁਰੇਚਦੇ ਰਹਿਣਾ ਆ ਉਹਦੇ ਨਾਲ ਕੀ ਹੋਊਗਾ ਜਿਹੜੀ ਖੀਰ ਆ ਜਾਂ ਕੁਝ ਵੀ ਅਸੀਂ ਬਣਾ ਰਹੇ ਆ ਉਹਦੇ ਵਿੱਚ ਗਾੜਾਪਨ ਆਉਂਦਾ ਰਹਿੰਦਾ ਆ ਸੋ ਬਾਦ ਹੁਣ ਮੈਂ ਇੱਥੇ ਕੋਫਤੇ ਫਰਾਈ ਕਰਨ ਲੱਗ ਪਈ ਆ ਦੇਖੋ ਮੈਂ ਕੋਫਤੇ ਜਿਹੜੇ ਆ ਹੱਥ ਨਾਲ ਨਹੀਂ ਕੱਢਦੀ ਮੈਂ ਹਮੇਸ਼ਾ ਚਮਚ ਨਾਲ ਹੀ ਕੱਢਦੀ ਆ ਕਿਉਂਕਿ ਮੈਨੂੰ ਤੇਲ ਦੇ ਕੋਲ ਹੱਥ ਲਜਾਂਜ ਬਹੁਤ ਡਰ ਲੱਗਦਾ ਹੈ ਤੇ ਉਸ ਤੋਂ ਵੀ ਚਮਚੇ ਨਾਲ ਇੱਕੋ ਸਾਈਜ਼ ਦੇ ਬੰਦਦੇ ਆ ਜੇ ਸਾਈਜ਼ ਦਾ ਚਮਚਾ ਹੁੰਦਾ ਬਾਰ ਬਾਰ ਜਦੋਂ ਅਸੀਂ ਚਮਚੇ ਨਹੀਂ ਪਾਨੇ ਆ ਤਾਂ ਉਹ ਸੇਮ ਸਾਈਜ਼ ਦੇ ਹੀ ਸਾਰੇ ਫਿਰ ਕੋਫਤੇ ਜਾਂ ਪਕੌੜੇ ਆ ਉਹ ਬੰਦਦੇ ਆ ਤੇ ਇਥੇ ਮੈਂ ਜਿਹੜੀ ਇਹ ਕੜਾਈ ਆ ਇਹ ਸਾਡੀ ਫਰਾਈ ਕਰਨ ਦੀ ਕੜਾਈ ਆ ਜਿਵੇਂ ਕੋਈ ਸਬਜੀ ਵਗੈਰਾ ਬਣਾਣੀ ਹੋਵੇ ਜਾਂ ਪਕੌੜੇ ਵਗੈਰਾ ਕੁਝ ਵੀ ਫਰਾਈ ਕਰਨਾ ਹੋਵੇ ਅਸੀਂ ਇਹਦੇ ਵਿੱਚ ਹੀ ਕਰਦੇ ਆ ਇਹ ਛੋਟੀ ਜੀ ਅਲੱਗ ਹੈ ਇਸੇ ਲਈ ਰੱਖੀ ਆ ਕਿਉਂਕਿ ਜਿਹੜੀ ਫਰਾਈ ਕਰਨ ਵਾਲੀ ਕੜਾਈ ਹੁੰਦੀ ਆ ਉਹਨੂੰ ਜਿੰਨਾ ਮਰਜ਼ੀ ਸਾਫ਼ ਕਰ ਲਓ ਪਰ ਉਹ ਸਾਫ਼ ਨਹੀਂ ਹੁੰਦੀ ਜਦੋਂ ਅਸੀਂ ਪੂਰੀ ਵਗੈਰਾ ਕੁਝ ਵੀ ਬਣਾ ਲੈਨੇ ਆ ਤੇ ਉਹ ਕੜਾਈ ਇੰਨੀ ਜ਼ਿਆਦਾ ਗੰਦੀ ਹੋ ਜਾਂਦੀ ਆ ਤੇ ਉਹਨੂੰ ਰਗੜਨ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਸੋ ਸਾਨੂੰ ਇੱਕ ਭਾਂਡਾ ਇਸੇ ਤਰ੍ਹਾਂ ਦਾ ਅਲੱਗ ਰੱਖਣਾ ਚਾਹੀਦਾ ਅਸੀਂ ਬਾਰ-ਬਾਰ ਕਿਉਂਕਿ ਮਿਹਨਤ ਨਹੀਂ ਕਰ ਸਕਦੇ ਇੱਕ ਭਾਂਡੇ ਤੇ ਹੀ ਕਿਉਂਕਿ ਜਿੰਨੀ ਵਾਰ ਉਹਨੂੰ ਅਸੀਂ ਇਸ ਤਰ੍ਹਾਂ ਰਗੜ ਰਗੜ ਕੇ ਸਾਫ਼ ਕਰਾਂਗੇ ਉਹ ਉੰਨੀ ਜ਼ਿਆਦਾ ਛੇਤੀ ਘਸ ਜਾਊਗਾ ਤੇ ਸਾਨੂੰ ਫੇਰ ਦੁਬਾਰਾ ਨਵਾਂ ਲੈਣਾ ਪੈ ਜਾਊਗਾ। ਇਹਨੇ ਭਾਂਡੇ ਨੂੰ ਅਸੀਂ ਘਸਦੇ ਆ ਉਹਨਾ ਉਹ ਪਤਲਾ ਹੁੰਦਾ ਜਾਂਦਾ ਹੈ ਤੇ ਪਤਲੇ ਹੋਣ ਦੇ ਨਾਲ ਉਹ ਖਰਾਬ ਹੋ ਜਾਂਦਾ ਹੈ ਤੇ ਚੀਜ਼ਾਂ ਸਾੜਨੀਆਂ ਸ਼ੁਰੂ ਕਰ ਦਿੰਦਾ ਆ। ਸੋ ਇੱਥੇ ਹੁਣ ਮੈਂ ਜਿਹੜੇ ਕੋਫਤੇ ਆ ਫਰਾਈ ਕਰ ਲੈਣੇ ਆ ਤੇ ਮੈਂ ਇਹਨਾਂ ਨੂੰ ਫੋਕ ਦੇ ਨਾਲ ਪਲਟ ਰਹੀ ਆ। ਕਿਉਂਕਿ ਕੜਾਈ ਛੋਟੀ ਜਿਹੀ ਹੈ ਤੇ ਜਿਹੜੀ ਕੜਸ਼ੀ ਆ ਉਹ ਵੱਡੀ ਹੈ ਜੇ ਉਹਦੇ ਨਾਲ ਮੈਂ ਪਲਟੂਗੀ ਤਾਂ ਤੇਲ ਹੋ ਸਕਦਾ ਕਿ ਆਲੇ ਦੁਆਲੇ ਖਿੱਲਰ ਜਵੇ ਇਸ ਲਈ ਮੈਂ ਫੋਕ ਨਾਲ ਜਿਹੜਾ ਇਹਨਾਂ ਨੂੰ ਪਰਤਰੀਆਂ ਤੇ ਇਹਦੇ ਨਾਲ ਵਧੀਆ ਪਲਟਾ ਵੀ ਲੱਗ ਜਾਂਦਾ ਆ ਤੇ ਜਿਹੜੇ ਕੋਸੀਂ ਕੋਫਤੇ ਫਰਾਈ ਕਰਨੇ ਆ ਇਹਨਾਂ ਨੂੰ ਅਸੀਂ ਬਿਲਕੁਲ ਜ਼ਿਆਦਾ ਫਰਾਈ ਨਹੀਂ ਕਰਨਾ ਹੈਗਾ ਬਹੁਤ ਹੀ ਘੱਟ ਫਰਾਈ ਕਰਨਾ ਤੁਸੀਂ ਕਹਿ ਲਓ ਕਿ ਹਾਫ ਫਰਾਈ ਕਰਨਾ ਹੈ ਤੇ ਜਦੋਂ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਹੋਣ ਲੱਗ ਜਵੇ ਅਸੀਂ ਇਹਨਾਂ ਨੂੰ ਕੱਢ ਲੈਣਾ ਹੈ ਤੇ ਕੱਢਣ ਤੋਂ ਬਾਅਦ ਇਹਨਾਂ ਨੂੰ ਸਾਈਡ ਤੇ ਰੱਖ ਲਵਾਂਗੇ ਤੇ ਅਸੀਂ ਹੋਰ ਜਿਹੜੇ ਆ ਇਹਦੇ ਵਿੱਚ ਕੋਲ ਜਿਹੜਾ ਪਾ ਦਾਂਗੇ ਪੱਕਣ ਦੇ ਲਈ ਜਦੋਂ ਤੱਕ ਉਹ ਕੋਲ ਪੱਕੂਗਾ ਦੇਖੋ ਉਹਨਾਂ ਨੂੰ ਸਾਈਡ ਤੇ ਮੈਂ ਰੱਖ ਲਿਆ ਆ ਤੇ ਹੁਣ ਮੈਂ ਇਹਦੇ ਵਿੱਚ ਹੋਰ ਜਿਹੜੇ ਆ ਕੋਫਤੇ ਉਹ ਪਾ ਦੇਣੇ ਆ ਇੱਥੇ ਜਦ ਤੱਕ ਇਹ ਪੱਕੂਗੇ ਤਦ ਤੱਕ ਸਾਡੇ ਉਹ ਵਾਲੇ ਕੋਫਤੇ ਜਿਹੜੇ ਅਸੀਂ ਕੱਢ ਲਏ ਨੇ ਉਹ ਥੋੜੇ ਠੰਡੇ ਹੋ ਜੂਗੇ ਉਹਨਾਂ ਨੂੰ ਠੰਡੇ ਹੋਣ ਦਾ ਕਰਨ ਦਾ ਮਤਲਬ ਮਕਸਦ ਸਾਡਾ ਇਹ ਆ ਅਸੀਂ ਉਹਨਾਂ ਨੂੰ ਦੁਬਾਰਾ ਫਰਾਈ ਕਰਨਾ ਆ ਤੇ ਦੁਬਾਰਾ ਫਰਾਈ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਕਰਨਾ ਆ ਉਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦੀ ਆ ਤੇ ਇੱਥੇ ਪਹਿਲਾਂ ਅਸੀਂ ਸਾਰੇ ਕੋਫਤੇ ਜਿਹੜੇ ਇਹਦੇ ਚ ਪਾ ਦਾਂਗੇ ਇਹ ਮੈਂ ਬਿਲਕੁਲ ਥੋੜੇ ਹੀ ਕੱਢੇ ਨੇ ਜਿੰਨੇ ਇੱਕ ਮਤਲਬ ਅਸੀਂ ਦੋ ਜਣੇ ਹੈਗੇ ਆ ਮੈਂ ਦੋ ਜਣਿਆਂ ਦੇ ਅਕੋਰਡਿੰਗ ਹੀ ਕੱਢੇ ਆ ਜੇ ਤੁਸੀਂ ਵੀ ਕੋਫਤਿਆਂ ਨੂੰ ਮਤਲਬ ਪਕੌੜਿਆਂ ਦੀ ਤੌਰ ਤੇ ਖਾਣਾ ਚਾਹੁੰਦੇ ਹੋ ਜਾ ਦੋਸੀ ਪਕੌੜਿਆਂ ਦੇ ਵਿੱਚ ਕੋਈ ਨਵੀਂ ਡਿਸ਼ ਜਾਂ ਘੀਆ ਦੀ ਕੋਈ ਨਵੀਂ ਤਰ੍ਹਾਂ ਦੀ ਰੈਸিপি ਬਣਾ ਕੇ ਖਾਣਾ ਚਾਹੁੰਦੇ ਹੋ ਤੁਸੀਂ ਵੀ ਇਹਨੂੰ ਇੱਕ ਵਾਰ ਜ਼ਰੂਰ ਟਰਾਈ ਕਰਿਓ ਆਈ ਹੋਪ ਤੁਹਾਨੂੰ ਬਹੁਤ ਪਸੰਦ ਆਊਗੀ ਤੇ ਜੇ ਤੁਹਾਡੇ ਫੈਮਿਲੀ ਜਾਂ ਬੱਚੇ ਕੋਈ ਵੀ ਘੀਆ ਖਾਣਾ ਨਹੀਂ ਪਸੰਦ ਕਰਦੇ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਬਣਾ ਕੇ ਦੇਓ ਉਹ ਜ਼ਰੂਰ ਖਾਣਗੇ ਇਹ ਮੇਰਾ ਤਾਂ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਉਹ ਖਾ ਸਕਦੇ ਆ ਕਿਉਂਕਿ ਸਾਡੇ ਘਰ ਵੀ ਪਹਿਲਾਂ ਨਹੀਂ ਖਾਂਦੇ ਸੀ ਮੇਰੇ ਹਸਬੰਡ ਜਦੋਂ ਤੋਂ ਮੈਂ ਇਸ ਤਰ੍ਹਾਂ ਬਣਾਉਣ ਲੱਗੀ ਆ ਉਹ ਬਹੁਤ ਚਾਣਾ ਖਾਂਦੇ ਆ ਤੇ ਆ ਦੇਖੋ ਇਹ ਠੰਡੇ ਹੋ ਗਏ ਸੀ ਹੁਣ ਜਿਹੜੇ ਪਹਿਲਾਂ ਅਸੀਂ ਕੋਫਤੇ ਕੱਢੇ ਸੀਗੇ ਤੇ ਹੁਣ ਮੈਂ ਇਹਨਾਂ ਨੂੰ ਆ ਫੋਕ ਦੇ ਨਾਲ ਥੋੜਾ ਜਿਹਾ ਮੈਸ਼ ਕਰ ਲੈਣਾ ਦੇਖੋ ਇਸ ਤਰ੍ਹਾਂ ਇਹ ਕਰਕੇ ਸਾਰਿਆਂ ਨੂੰ ਅਸੀਂ ਬਾਰੀ-ਬਾਰੀ ਕਰ ਲੈਣਾ ਆ ਕੋਈ ਵੀ ਛੋਟ ਨਾ ਜਾਵੇ ਤੇ ਇਹਨਾਂ ਨੂੰ ਕਰਨ ਤੋਂ ਬਾਅਦ ਅਸੀਂ ਸਾਈਡ ਤੇ ਰੱਖ ਦਵਾਂਗੇ ਇਸ ਤਰ੍ਹਾਂ ਤੇ ਜਿਹੜੇ ਹੁਣ ਫਰਾਈ ਹੋ ਰਹੇ ਆ ਉਹਨਾਂ ਨੂੰ ਅਸੀਂ ਕੜਾਈ ਦੇ ਵਿੱਚੋਂ ਕੱਢ ਲੈਣਾ ਆ ਉਹਨਾਂ ਨੂੰ ਪਹਿਲਾਂ ਅਸੀਂ ਪਰਤਾ ਲਾ ਕੇ ਦੇਖ ਲਵਾਂਗੇ ਤੇ ਇੱਥੇ ਮੈਂ ਤੁਹਾਨੂੰ ਫੇਰ ਦੁਬਾਰਾ ਕਹਿਣਾ ਚਾਹੂੰਗੀ ਜਿਹੜੇ ਕੋਫਤੇ ਆ ਅਸੀਂ ਅੱਧ ਕੱਚੇ ਹੀ ਕੱਢ ਲੈਣੇ ਆ ਬਿਲਕੁਲ ਪਕਾ ਕੇ ਨਹੀਂ ਕੱਢਣੇ ਹੈਗੇ ਜਿਉ ਕਿ ਜੇ ਪਹਿਲਾਂ ਅਸੀਂ ਪਕਾ ਕੇ ਕੱਢ ਲਵਾਂਗੇ ਤੇ ਬਾਅਦ ਚੋਂ ਫੇਰ ਅਸੀਂ ਡਬਲ ਫਰਾਈ ਜੇ ਉਹਨਾਂ ਨੂੰ ਕਰਾਂਗੇ ਤੇ ਉਹ ਸੜ ਜੂਗੇ ਉਹਨਾਂ ਦਾ ਟੇਸਟ ਵਧੀਆ ਨਹੀਂ ਆਊਗਾ ਇਸ ਲਈ ਅਸੀਂ ਇਹਨਾਂ ਨੂੰ ਹਾਫ ਫਰਾਈ ਹੀ ਕੱਢਣਾ ਹੈ ਤੇ ਕੱਢਣ ਤੋਂ ਬਾਅਦ ਫੇਰ ਦੁਬਾਰਾ ਇਹਨਾਂ ਨੂੰ ਫਰਾਈ ਕਰਨਾ ਇਸ ਲਈ ਅਸੀਂ ਉਨੇ ਇੱਕ ਹੀ ਇਹਨਾਂ ਨੂੰ ਪਹਿਲਾਂ ਕੁੱਕ ਕਰਨਾ ਦੇਖੋ ਹੁਣ ਆ ਵਾਲੇ ਵੀ ਮੇਰੇ ਜਿਹੜੇ ਕੜਾਈ ਦੇ ਵਿੱਚ ਸੀ ਉਹ ਵੀ ਹੋ ਗਏ ਨੇ ਤੇ ਹੁਣ ਉਹ ਵਾਲਿਆਂ ਨੂੰ ਮੈਂ ਕੱਢ ਲੈਣਾ ਹੈ ਦੇਖੋ ਆ ਵਾਲੇ ਕੋਫਤੇ ਮੈਂ ਕੱਢ ਲੂੰਗੀ ਦੇਖੋ ਕੜਛੀ ਮੇਰੀ ਬਹੁਤ ਵੱਡੀ ਆ ਤੇ ਕੜਾਈ ਮੇਰੀ ਛੋਟੀ ਆ ਸੋ ਬਹੁਤ ਧਿਆਨ ਨਾਲ ਮੈਨੂੰ ਕੰਮ ਕਰਨਾ ਪੈ ਰਿਹਾ ਹੈ ਤੇ ਇਹ ਮੈਂ ਕੋਫਤਿਆਂ ਨੂੰ ਕੱਢ ਲੈਣਾ ਹੈ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਕੱਢ ਕੇ ਬਾਹਰ ਰੱਖ ਦਵਾਂਗੇ ਇਹਨਾਂ ਨਾਲ ਵੀ ਅਸੀਂ ਸੇਮ ਉਹੀ ਕਰਾਂਗੇ ਜਦੋਂ ਇਹ ਥੋੜੇ ਜੇ ਠੰਡੇ ਹੋ ਜੂਗੇ ਇਹਨਾਂ ਨੂੰ ਵੀ ਅਸੀਂ ਮੈਸ਼ ਕਰਾਂਗੇ ਤੇ ਆ ਜਿਹੜੇ ਮੈਸ਼ ਕੀਤੇ ਹੋਏ ਆ ਕੋਫਤੇ ਇਹਨਾਂ ਨੂੰ ਹੁਣ ਦੁਬਾਰਾ ਮੈਂ ਕੜਾਈ ਦੇ ਵਿੱਚ ਪਾ ਦੂੰਗੀ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਫਰਾਈ ਕਰਨਾ ਹੈ ਕਿਉਂਕਿ ਬ੍ਰਾਊਨ ਹੋਣ ਦੇ ਨਾਲ ਇੱਕ ਤਾਂ ਇਹ ਕਰਾਰੇ ਬਹੁਤ ਜ਼ਿਆਦਾ ਹੋ ਜੂਗੇ ਏਕੇ ਬਿਲਕੁਲ ਫਲੈਟ ਹੋ ਗਏ ਆ ਤੇ ਇਹਨਾਂ 'ਚ ਜਿਹੜੀ ਕ੍ਰਿਸਪੀਨੈਸ ਆ ਹੋਰ ਵੀ ਜ਼ਿਆਦਾ ਆਜੂਗੀ ਤੇ ਆਹ ਵਾਲਿਆਂ ਨੂੰ ਚੰਗੀ ਤਰ੍ਹਾਂ ਕੜਾਈ 'ਚ ਪਲੇਟ 'ਚ ਮਤਲਬ ਅਸੀਂ ਉਦੋਂ ਨਾ ਕੀ ਹੋਊਗਾ ਕਿ ਇਹ ਜਲਦੀ ਠੰਡੇ ਹੋ ਜੂਗੇ ਤੇ ਅਸੀਂ ਇਹਨਾਂ ਨੂੰ ਮੈਸ਼ ਕਰ ਲਵਾਂਗੇ ਤੇ ਦੂਸਰੀ ਤਰਫ ਆ ਸਾਡੇ ਫਰਾਈ ਹੋ ਰਹੇ ਆ ਤੇ ਨਾਲੋਂ ਨਾਲ ਜਿਹੜੇ ਕੰਮ ਆ ਅਸੀਂ ਉਹ ਵੀ ਆਪਣੇ ਕਰੀ ਜਾਵਾਂਗੇ ਤੇ ਇੱਧਰ ਮੈਂ ਇੱਕ ਪਲੇਟ ਦੇ ਵਿੱਚ ਨੈਪਕਿਨ ਵੀ ਵਿਛਾ ਲੂੰਗੀ ਤੇ ਦੇਖੋ ਕੋਫਤੇ ਸਾਡੇ ਜਿਹੜੇ ਆ ਬਿਲਕੁਲ ਬਰਾਊਨ ਹੋ ਗਏ ਸੀ ਮੈਂ ਇੱਥੇ ਇਹਨਾਂ ਨੂੰ ਕੱਢ ਲਵਾਂਗੀ ਇਹ ਬਸ ਸਾਡੇ ਕੀ ਆ ਪੱਕ ਚੁੱਕੇ ਆ ਤੇ ਖਾਣ ਦੇ ਵਿੱਚ ਬਹੁਤ ਮਜ਼ੇਦਾਰ ਕਰਾਰੇ ਲੱਗਣਗੇ ਜੇ ਤੁਸੀਂ ਇਦਾਂ ਇਹਨਾਂ ਨੂੰ ਖਾਣਾ ਇਹਦੇ ਉੱਪਰ ਚਾਟ ਮਸਾਲਾ ਪਾ ਕੇ ਤੇ ਸਿੰਪਲ ਜਿਹੜੀ ਇਮਲੀ ਦੀ ਚਟਣੀ ਹੁੰਦੀ ਆ ਉਹਦੇ ਨਾਲ ਤੁਸੀਂ ਖਾ ਸਕਦੇ ਹੋ ਤੇ ਖਾ ਕੇ ਦੱਸਿਓ ਕਿ ਤੁਹਾਨੂੰ ਕਿਹੋ ਜਿਹਾ ਲੱਗੇ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਜੇ ਤੁਸੀਂ ਬਣਾਉਂਦੇ ਹੋ ਇਸੇ ਤਰ੍ਹਾਂ ਤੇ ਮੈਨੂੰ ਉਹ ਵੀ ਮੇਰੇ ਇਸੇ ਤਰ੍ਹਾਂ ਹੁਣ ਮੈਂ ਸਾਰੇ ਜਿੰਨੇ ਵੀ ਕੋਫਤੇ ਨੇ ਸਾਰਿਆਂ ਨੂੰ ਬਣਾ ਲੂੰਗੀ ਤੇ ਸਾਰਿਆਂ ਨੂੰ ਬਣਾਉਣ ਤੋਂ ਬਾਅਦ ਤੁਹਾਨੂੰ ਫੇਰ ਮਿਲਦੀ ਆਂ ਤੇ ਇਹ ਦੇਖੋ ਮੈਂ ਪਲੇਟ ਤੇ ਨੈਪਕਿਨ ਬਿਚਾ ਕੇ ਕੋਫਤੇ ਕਰ ਲੈਣੇ ਆ ਉਹਦੇ ਨਾਲ ਕਿ ਐਕਸਟਰਾ ਜਿਹੜਾ ਵਿੱਚ ਤੇਲ ਹੋਊਗਾ ਨਿਕਲ ਜਾਊਗਾ ਇੱਧਰ ਸਾਡੀ ਖੀਰ ਵੀ ਜਿਹੜੀ ਆ ਉਹ ਰੈਡੀ ਹੋ ਚੁੱਕੀ ਆ ਕਾਫੀ ਹੱਦ ਤੱਕ ਦੇਖੋ ਦੁੱਧ ਜਿਹੜਾ ਘੱਟ ਚੁੱਕਾ ਆ ਤੇ ਸਾਈਡਾਂ ਤੋਂ ਜਿਹੜਾ ਮੈਂ ਨਾਲ ਦੀ ਨਾਲ ਸਾਫ਼ ਕਰਦੀ ਰਹੀ ਆ ਕਿਉਂਕਿ ਜਿਹੜੀ ਖੁਰਚਣੇ ਆ ਇਹ ਖੁਰਚਣਾਂ ਕੀ ਹੈਗੀ ਖੀਰ ਦੇ ਵਿੱਚ ਇੱਕ ਗਾੜਾਪਨ ਆਊਗਾ ਇਸ ਤਰ੍ਹਾਂ ਲੱਗੂਗਾ ਜਿਵੇਂ ਅਸੀਂ ਇਹਦੇ ਵਿੱਚ ਖੋਇਆ ਪਾਇਆ ਹੁੰਦਾ ਆ ਤੇ ਇੱਧਰ ਸਾਡੇ ਸਾਰੇ ਕੋਫਤੇ ਬਣ ਚੁੱਕੇ ਆ ਤੇ ਖੀਰ ਵੀ ਬਣ ਚੁੱਕੀ ਆ ਤੇ ਸਾਡਾ ਈਵਨਿੰਗ ਦਾ ਤੁਸੀਂ ਸਮਝ ਸਕਦੇ ਹੋ ਕਿ 스낵 ਜਿਹੜਾ ਤਿਆਰ ਹੋ ਚੁੱਕਾ ਹੈ ਅਸੀਂ ਚਾਹ ਦੇ ਨਾਲ ਇੰਜੋਏ ਕਰਾਂਗੇ ਖੀਰ ਵੀ ਹੁਣ ਮੈਂ ਇੱਕ ਭਾਂਡੇ ਵਿੱਚ ਕੱਢ ਲਈ ਆ ਤੇ ਇਹ ਵਾਲੀ ਖੀਰ ਜਿਹੜੀ ਕਦੀ ਵੀ ਗਰਮ ਸਵਾਦ ਨਹੀਂ ਲੱਗਦੀ ਹਮੇਸ਼ਾ ਠੰਡੀ ਹੀ ਸਵਾਦ ਲੱਗਦੀ ਆ ਸੋ ਮੈਂ ਇਹਨੂੰ ਠੰਡੀ ਕਰਨ ਦੇ ਲਈ ਫ੍ਰਿਜ ਦੇ ਵਿੱਚ ਲਗਾ ਦੂੰਗੀ ਜਲਦੇ ਵਿੱਚ ਇਹ ਜਲਦੀ ਠੰਡੀ ਹੋ ਜਾਊਗੀ ਤੇ ਅਸੀਂ ਇਹਨੂੰ ਜਲਦੀ ਖਾ ਸਕਾਂਗੇ ਤੇ ਚਲੋ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾ ਬਾਏ